ਨੌਰਥ ਦੇ ਵਿੱਚ ਪਹੁੰਚ ਗਿਆ, ਉਹਨੂੰ ਤੁਰ ਕੇ ਜਾਣਾ ਪਊਗਾ ਗੁਰਦੁਆਰਾ ਸਾਹਿਬ ਵਾਸਤੇ। ਅੰਦਰ ਉਹ ਵਲੌਗ ਬਣਾਉਣ ਦਿੰਦੇ ਹੈਗੇ ਬਿਕੋਜ਼, ਕਿਉਂਕਿ ਅੰਦਰ ਫਿਰ ਬਾਬੇ ਗਾਲਾਂ ਕੱਢਦੇ ਨੇ। ਆਲੇ ਦੁਆਲੇ ਦਾ ਵਿਊ ਦਿਖਾਉਣਾ ਗਾ, ਅਤੇ ਜੇ ਤੁਸੀਂ ਦੇਖ ਰਹੇ ਹੋਵੋਗੇ ਉਹ ਸੀ ਆਪਣਾ ਨਿਸ਼ਾਨ ਸਾਹਿਬ। ਉਰੇ ਚੱਲ ਲੱਗੇ ਮੱਥਾ ਟੇਕ ਕੇ ਫਿਰ ਲੰਗਰ ਵੀ ਛਕਦੇ। ਆ ਸਿੱਧਾ ਆਪਾਂ ਹੁਣ ਅੰਦਰ ਜਾਵਾਂਗੇ, ਉਹ ਸੀ ਆਪਣੇ ਗੁਰਦੁਆਰਾ ਸਾਹਿਬ। ਅਸੀਂ ਜੀ ਲੰਗਰ ਹਾਲ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਏ, ਲੰਗਰ ਵੀ ਛਕ ਲਏ, ਉਹਦੇ ਵੀ ਵਿੱਚ ਕਲਿੱਪ ਦਿਖਾਏ। ਚੰਗਾ ਨਹੀਂ ਲੱਗਦਾ ਹੁੰਦਾ ਅੰਦਰ ਵਲੌਗ ਬਣਾਉਣਾ, ਕਿਉਂਕਿ ਅੰਦਰ ਸ਼ਰਧਾ ਨਾਲ ਸਾਰੇ ਕੰਮ ਕਰ ਰਹੇ। ਆਹ ਸੀ ਆਪਣੇ ਨਿਸ਼ਾਨ ਸਾਹਿਬ, ਅਤੇ ਇਹਨਾਂ ਦੇ ਵੀ ਦੇਹੋ ਸੱਚਾ ਪਾਤਸ਼ਾਹ। ਜਿੱਧਰਲੇ ਪਾਸੋਂ ਮੈਂ ਆਇਆ ਸੀ ਬੱਸਾਂ ਦੇ ਵਿੱਚ, ਦੀ ਉੱਧਰ ਵੀ ਪਤਾ ਲੱਗਿਆ ਵੀ ਇੱਕ ਗੁਰਦੁਆਰਾ ਸਾਹਿਬ ਹੈ, ਜਦੋਂ ਮੈਂ ਗੂਗਲ ਮੈਪ ਦੇ ਉੱਪਰ ਦੇਖਿਆ। ਅਗਲੇ ਸੰਡੇ ਆਪਾਂ ਉੱਥੇ ਚੱਲ ਕੇ ਆਵਾਂਗੇ। ਟਰਾਂਸਫਾਰਮਰ ਲਾਇਆ ਆਪਣੇ ਤਾਂ ਹੁੰਦਾ ਕੰਕਰੀਟ ਦਾ, ਇਹਨਾਂ ਨੇ ਲੱਕੜ ਦੇ ਗੱਟ ਰੱਖਿਆ ਗਿਆ ਵਿੱਚ, ਤੇੜਾ ਵੀ ਪਏ ਹੋਏ ਨੇ, ਕਹਿੰਦੇ ਕੋਈ ਚੱਕਰ ਹੀ ਨਹੀਂ ਹੈਗਾ, ਚੱਲਣਗੇ ਜਦ ਤੱਕ ਚੱਲਦਾ ਗਾ ਪ੍ਰੋਗਰਾਮ। ਸੋ ਉਰੋਂ ਉੱਤਰ ਕੇ ਆਹ ਬਹੁਤ ਸੋਹਣੀ ਪਲੇਸ ਬਣੀ ਹੋਈ ਆ, ਜਮਗਾ ਪਹਿਲਾਂ ਵਿਨਰਸ, ਉਹ ਸਾਹਮਣੇ ਆ ਵਿਨਰਸ, ਅਤੇ ਇੱਥੇ ਕੱਪੜੇ ਕੁੱਪੜੇ ਵੀ ਮਿਲਦੇ ਨੇ, ਹੋਰ ਵੀ ਬਹੁਤ ਚੀਜ਼ਾਂ ਮਿਲਦੀਆਂ ਨੇ। ਅਸੀਂ ਵਿਨਰ ਉਰੇ ਚੱਲਦੇ, ਐਂਟਰੀ ਉਰੋਂ ਆ। ਹੈਗੇ ਕਿੰਨੇ ਦੇ ਨੇ? 60 ਦੇ, ਐਡੀਡਾਸ ਦੇ 70 ਦੇ, ਜਵਾਕਾਂ ਦੇ ਪਏ ਨੇ ਬੋਇਜ਼ ਦੇ, ਉਹ ਸੀ ਮੈਨੂੰ ਆਪਾਂ ਉੱਥੇ ਜਾਣਾ ਗਾ। 19 ਡਾਲਰ ਦੀ, 20 ਡਾਲਰ ਦੀਆਂ ਨੇ, ਆਹ 40 ਡਾਲਰ ਦੀ ਆ। ਜਿਵੇਂ ਆਪਣੇ ਇੰਡੀਆ ਦੇ ਵਿੱਚ ਚੱਕਵੇਂ ਜਿਹੇ ਕੱਪੜੇ ਨਹੀਂ ਹੁੰਦੇ ਹੈਗੇ, ਪਰ ਚੱਕਵੇਂ ਕੱਪੜੇ ਨੇ, ਨੋਰਮਲ ਜਿਹੇ ਕੱਪੜੇ ਨੇ, ਜਿਵੇਂ ਆਹ ਹੋ ਗਿਆ, ਹੋਰ ਵੀ ਪੁਮਾ ਦੇ ਬ੍ਰਾਂਡਾਂ ਦੇ ਕੱਪੜੇ ਨੇ, ਸਿੰਪਲ ਸਿੰਪਲ ਜੇ, ਸੁਪਰ ਸੁਪਰ ਜੇ, ਜੈਨੂਅਨ ਜੇ ਕਲਰ ਆ ਆਪਣੇ, ਤਾਂ ਭੜਕੀਲੇ ਵੀ ਪਾਉਂਦੇ ਨੇ ਪੰਜਾਬ ਦੇ ਵਿੱਚ। ਜਿੰਨਾ ਬਾਈ ਉਰੇ 40-40 ਡਾਲਰ ਦੀਆਂ ਨੇ। ਸੋ ਵਿਨਰ ਦੇ ਵਿੱਚ ਜਿਹੜਾ ਸਮਾਨ ਆ ਬਹੁਤ ਜ਼ਿਆਦਾ ਮਹਿੰਗਾ। ਜੇ ਉਰੇ ਨਾ ਇੱਕ ਜਗ੍ਹਾ ਆਊਟਲੈਟ, ਜੇ ਕਿਸੇ ਨੇ ਵੀ ਸਮਾਨ ਲੈਣਾ, ਜਿਹੜੀ ਉਰੇ 20-30 ਡਾਲਰ ਦੀ ਲੱਗੀ ਹੋਈ ਨੇ, ਉੱਥੋਂ 10-10 ਡਾਲਰ ਦੀ ਲੱਗੀ ਹੁੰਦੀ ਨੇ, ਮਤਲਬ ਕਾਫ਼ੀ ਜ਼ਿਆਦਾ ਡਿਫਰੈਂਸ ਆ। ਉਰੇ ਉਹੋ ਜਿਹਾ ਸਮਾਨ ਆਉਂਦਾ ਹੈਗਾ, ਜਿਹੜੇ ਸਾਈਜ਼ ਨਹੀਂ ਦਿਖਦੇ ਨਾ ਮੋਸਟਲੀ, ਉਹ ਉਰੇ ਆਉਂਦੇ ਨੇ, ਤਾਂ ਕਰਕੇ ਫਿਰ ਉਰੋਂ ਲੈਂਦੇ ਤਾਂ ਫਾਇਦਾ ਨਹੀਂ। ਬਾਕੀ ਜਿਹਦਾ ਘਰ ਜਿੰਨਾ ਨੇੜੇ ਹੁੰਦਾ ਗਾ, ਉਸ ਹਿਸਾਬ ਨਾਲ ਅਗਲਾ ਆਪਦੇ ਕੰਫਰਟ ਦੇ ਹਿਸਾਬ ਨਾਲ ਲੈ ਲੈਂਦਾ। ਅਗਲੇ ਪਾਸੇ ਮਾਰਕਸ ਆ, ਅਤੇ ਆਪਾਂ ਜਾਣਾ ਸਫੋਰਾ। ਜਾਂਦੇ ਹਾਂ ਸਫੋਰਾ, ਉਰੇ ਨਾ ਬੁੱਲ ਬੱਲ ਜੇ ਕਾਫ਼ੀ ਫਟੇ ਪਏ ਨੇ, ਅਤੇ ਠੰਡ ਹੋਣ ਕਰਕੇ ਮੈਨੂੰ ਐਂ ਮਾੜਾ ਜਿਹਾ ਬੋਡੀ ਬੁੱਡੀ ਲੋਸ਼ਨ ਲੂਸ਼ਨ ਜਿਹਾ ਲੈਤਾ ਜਾਵੇ। ਇੰਨੀ ਉਰੇ ਤਾਂ ਖਤਮ ਹੀ ਨੇ, ਲੈਣ ਗਿਆ ਸੀ ਲਿਪ ਬਾਮ, ਪਰ ਉੱਥੇ ਤਾਂ ਖਤਮ ਸੀ, ਉਹੀ ਪਈਆਂ ਤੀ ਇੱਕ ਦੋ ਟਰਾਈ ਵਾਲੀਆਂ, ਉਹ ਕੀ ਪਤਾ ਕਿਸੇ ਨੇ ਯੂਜ਼ ਕੀਤੀਆਂ ਮੈਨੂੰ ਮਾੜੀਆਂ ਮੋਟੀਆਂ। ਮੁੰਡਿਆਂ ਦੇ ਪਰਫਿਊਮ ਟੋਮ ਫੋਰਡ ਦੇ ਹੋਰ 350 ਦੇ, ਮਤਲਬ 50 ml, ਮਸਾਂ 100 ml, 100 ਤਾਂ ਹੈ ਹੀ ਨਹੀਂ ਤੀ, ਮੈਂ ਦੇਖਿਆ ਹੀ ਨਹੀਂ, ਮਤਲਬ 50 ml ਦੇ 305 ਡਾਲਰ ਦੇ, 350 ਡਾਲਰ ਦੇ, ਮਹਿੰਗੇ ਨਹੀਂ। ਜਾ ਰਿਹਾ ਹੋਮ ਡਿਪੂ, ਉਰੇ ਜਿਵੇਂ ਘਰ ਦਾ ਸਮਾਨ ਹੁੰਦਾ, ਹੋਰ ਫਰਨੀਚਰ ਦਾ ਸਮਾਨ ਹੁੰਦਾ ਹੋਮ ਡਿਪੂ ਦੇ ਵਿੱਚ, ਜਿਵੇਂ ਮੈਟ ਮੂਟ ਹੋ ਗਏ, ਰੱਗ ਹੋ ਗਏ, ਹੋਰ ਪਿੱਛੇ ਕੁਰਸੀਆਂ ਕਰਸੀਆਂ ਹੋ ਗਈਆਂ, ਕੁਛ ਵੀ ਹੁੰਦਾ ਉਰੋਂ ਉਹੋ ਜਿਹਾ ਸਮਾਨ ਮਿਲਦਾ ਗਾ। ਅੰਦਰ ਦੇਖਦੇ ਹਾਂ, ਦੇਖੋ ਬਈ ਤਾਰੀਆਂ ਤਾਰਾਂ ਪਈਆਂ ਨੇ। ਜੇ ਆਪਾਂ ਗੱਲ ਕਰੀਏ ਮਸ਼ੀਨਾਂ ਮਸ਼ੂਨਾਂ ਦੀ, ਡਰਾਇਰ 1150, 1150, 750 ਦੀ ਆ, 695 ਦੀ ਆ। ਆਹ ਦੇਖੋ ਜੀ ਆਹ ਉਰੇ ਲਾਈਟਿੰਗ ਦਾ ਸੈੱਟ ਪਿਆ, ਮੈਂ ਸਮਾਨ ਮਿਲਦਾ। ਚਲੋ ਸਮਾਨ ਬਹੁਤ ਦੇਖ ਲਿਆ, ਹੁਣ ਬਾਹਰ ਚੱਲਦੇ ਆ। ਚਲੋ ਜੀ ਹੁਣ ਉਰੋਂ ਬਾਹਰ ਆਏ ਹਾਂ, ਬਾਹਰ ਦੁਬਾਰੇ ਫਿਰ ਠੰਡਾ, ਹਰ ਇੱਕ ਥਾਵੇਂ ਅੰਦਰ ਹੀਟਰ ਤਾਂ ਲੱਗੇ ਹੋਏ ਨੇ, ਭਾਫ ਬਹੁਤ ਹੋਈ ਪਈ ਆ, ਥੱਕ ਗਿਆ ਥੋੜ੍ਹਾ ਜਿਹਾ। ਅੱਜ ਬੈਸਟ ਬਾਏ ਬਣਦਾ, ਮੈਂ ਨਾ ਇੱਕ ਅਡਾਪਟਰ ਲੈਣਾ ਸੀ, ਕਿਉਂਕਿ ਸ਼ਾਇਦ ਤੁਹਾਨੂੰ ਉਰੇ ਹਵਾ ਚੱਲਦੀ ਆ, ਆਵਾਜ਼ ਥੋੜ੍ਹੀ ਜਿਹੀ ਘੱਟ ਵਧੀਆ ਸੁਣਾਈ ਦਿੰਦੀ ਹੋਊਗੀ, ਥੋੜ੍ਹੀ ਜਿਹੀ ਉਹਦੀ ਕੁਆਲਿਟੀ ਵੱਧ ਜਾਂਦੀ ਆ। ਮਾਈਕ ਤਾਂ ਹੈਗਾ, ਉਹਦਾ ਅਡਾਪਟਰ ਲਿਆਉਣ ਵਾਲਾ ਭੁੱਲ ਗਿਆ, ਤੇਰੇ ਪਿੱਛੇ ਵਾਲਮਾਰਟ ਆ, ਵਾਲਮੈਟ ਗਿਆ ਸੀ, ਉੱਥੋਂ ਲੈਤੀਆਂ ਨੇ ਬੈਰੀਜ਼, ਜਿਵੇਂ ਆਪਾਂ ਤੂਤੀ ਨਹੀਂ ਹੁੰਦੀਆਂ, ਪਰ ਤੂਤੀਆਂ ਉਰੇ ਜ਼ਿਆਦਾ ਮੋਟੀਆਂ ਮੋਟੀਆਂ ਨੇ, ਤੁਹਾਨੂੰ ਦਿਖਾਉਣਾ ਕੀ ਬਾਈ ਤੂਤੀਆਂ। ਸਵਾਦ ਨੇ ਪਰ ਵਿੱਚ ਬੀ ਵੀ ਨੇ। ਸੋ ਵਾਲਮਾਰਟ ਤੋਂ ਮੈਂ ਇੱਕ ਡਿਊ ਲੈ ਕੇ ਆਇਆ, 4.5 ਡਾਲਰ ਦਾ ਦਿੱਤਾ, ਹੈ ਨਹੀਂ ਸੀ ਮੇਰੇ ਕੋਲ,
ਰਾਹ 'ਚ ਉਹਨਾਂ ਨੇ ਕੱਢ ਲਿਆ ਤੀ, ਪਰਫਿਊਮ ਕੱਢ ਲਿਆ ਤੀ, ਇੱਕ ਮੇਰੀ ਹੇਅਰ ਸਪਰੇ ਕੱਢ ਲਈ ਤੀ। ਥੱਕ ਗਏ ਤੀ, ਹੁਣ ਕਾਫੀ ਕੁਫੀ ਪੀ ਕੇ ਚੱਲਦੇ। ਮੇਰੇ ਖੂਨ ਦੀ ਬੈਂਟਰੀ ਵੀ 5% ਰਹਿ ਗਈ ਬਸ, ਉਦੋਂ ਬਸ ਖੜਨ ਲੱਗਿਆ, ਸ਼ਾਮ ਹੋ ਗਈ। ਘੰਟਾ ਤੋਂ ਬਾਹਰ ਆ ਕੇ ਤੋਂ ਸਾਹਮਣੇ ਜਾਣਾ ਗਾ। ਲਓ ਜੀ, 2% ਬੈਂਟਰੀ ਰਹਿ ਗਈ, ਆਹ ਲੋਕੇਸ਼ਨ 'ਤੇ ਆ ਗਿਆ। ਮੈਂ ਉਹਨਾਂ 'ਤੇ ਇੱਕ ਦੋਸਤ ਕੋਲ ਹੋਰ ਜਾਣਾ ਗਾ, ਉਹਦੇ ਕੋਲ ਜਾ ਕੇ ਫਿਰ ਮਾੜਾ ਮੋਟਾ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਦੇਖਦੇ ਕੀ ਹਿਸਾਬ ਕਿਤਾਬ ਆ। ਅਤੇ ਆਡੀਓ ਕੁਆਲਿਟੀ ਅੱਗੇ ਵਧੂਗੀ ਕੱਲ੍ਹ ਨੂੰ, ਆਹ ਦੇਖ ਲਓ ਜਿਵੇਂ ਬੈਸਟ ਪਾਇਆ, ਕੱਲ੍ਹ ਨੂੰ ਖੁੱਲ ਜੂਗਾ, ਅੱਜ ਬੰਦ ਸੀ ਤਾਂ ਕਰਕੇ ਤੁਸੀਂ ਬੈਕਗਰਾਊਂਡ ਨੋਇਸ ਤੁਹਾਨੂੰ ਕਾਫੀ ਆ ਰਹੀ ਹੋਊਗੀ, ਉਹਦੇ ਲਈ ਸੋਰੀ। ਅਤੇ ਉਹ ਵੀ ਕੁਆਲਿਟੀ ਵਧੀਆ ਜੀ। ਬਾਕੀ ਸ਼ੇਅਰ, ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲਿਆ ਕਰੋ, ਉੱਧਰ ਨੂੰ ਤਾਂ ਕੰਮ ਖਿੱਚ ਕੇ ਰੱਖਿਆ ਕਰੋ ਦੂਜੇ ਰੋਡ ਹੀ। ਓਕੇ, ਮਿਲਦੇ ਹਾਂ ਕੱਲ੍ਹ ਨੂੰ ਇੱਕ ਨਵੇਂ ਵਲੌਗ ਦੇ ਵਿੱਚ। ਹੁਣ 7:30-8 ਵੱਜਣ ਵਾਲੇ ਨੇ, ਥੱਕ ਗਏ, ਥੋੜ੍ਹਾ ਜਿਹਾ ਰੈਸਟ ਕਰਦਾ ਦੋਸਤ ਕੋਲ, ਫਿਰ ਜਾਵਾਂਗੇ ਘਰੇ ਬਾਅਦ ਚੋਂ। ਓਕੇ, ਸਤਿ ਸ਼੍ਰੀ ਅਕਾਲ, ਬਾਏ।